ਬੇਸਿਕਲੀ ਸਾਨੂੰ ਘਾਟ ਹੀ ਉਹਨਾਂ ਦੀ ਦੋਵਾਂ ਦੀ ਜੇ ਸਾਡੇ ਉਹ ਬੰਦੇ ਆ ਜਾਣ ਦੋਵੇਂ ਵੀ ਸਾਡੀ ਜਾਫਲਨ ਠੀਕ ਹੁੰਦੀ ਹੈ ਠੀਕ ਹੈ ਅਤੇ ਫਿਰ ਚਲੋ ਜੇ ਉਹ ਆ ਜਾਂਦਾ ਫਿਰ ਮੈਚ ਬਣਨ ਦੇ ਚਾਂਸ ਆ ਵੀ ਠੀਕ ਆ ਕਿਸੇ ਗੱਲ ਨਾਲ ਹਾਰਾਂਗੇ ਵੀ ਚਲੋ ਬੰਦੇ ਪੂਰੇ ਹੋ ਜਾਣ ਜਿੱਦਾਂ ਮੁਕਾਬਲਾ ਸਹੀ ਹੋਣਾ ਮੁਕਾਬਲਾ ਸਹੀ ਹੋਊਗਾ ਭਾਅ ਜੀ ਇੱਥੇ ਗਰਾਸੀ ਗਰਾਊਂਡਾਂ ਵਾ ਉੱਥੇ ਘੱਟੇ ਵਾਲੀਆਂ ਜ਼ਿਆਦਾ ਹੁੰਦੀਆਂ ਠੀਕ ਮਿੱਟੀ ਵਾਲੀਆਂ ਜਿੱਦਾਂ ਅਤੇ ਫਿਰ ਉਹ ਉਹਦੇ ਇਹ ਪ੍ਰੋਫੈਸ਼ਨਲ ਕਬੱਡੀ ਆ ਠੀਕ ਆ ਜਿੱਦਾਂ ਇੱਥੇ ਕਿ ਬਾਮ ਬੂਮ ਦਾ ਲਾ ਲਓ ਕੋਈ ਚੱਕਰ ਘੱਟ ਆ ਠੰਡ ਵਾ ਜ਼ਿਆਦਾ ਉੱਥੇ ਥੋੜ੍ਹੀ ਗਰਮੀ 'ਚ ਆ ਜਾਂਦੀ ਆ ਸਰਦੀ ਥੋੜ੍ਹੀ ਘੱਟ ਹੁੰਦੀ ਵੀ ਚਾਰ ਚਾਰ ਮੌਸਮ ਆ ਜਿੱਦਾਂ ਉੱਥੇ ਜੀ ਬਿਲਕੁਲ ਅਤੇ ਇੱਥੇ ਭਾਅ ਜੀ ਠੰਡ ਹੀ ਆ ਤੁਹਾਡੇ ਸਾਹਮਣੇ ਜ਼ਿਆਦਾ ਲਾ ਲਓ ਕਿ ਜੇ ਜ਼ਿਆਦਾ ਠੰਡ ਵੀ ਨਾ ਹੋਵੇ ਜ਼ਿਆਦਾ ਗਰਮੀ ਵੀ ਨਾ ਹੋਵੇ ਉਹਦੇ ਵਿੱਚ ਜਾਫੀ ਵੀ ਠੀਕ ਆ ਤਾਂ ਰੈਡਰ ਵੀ ਠੀਕ ਆ ਮੁਨਾਸਬ ਸਾਰਿਆਂ ਵਾਸਤੇ ਬਰਾਬਰ ਜਿਹਾ ਮੌਸਮ ਹੋਵੇ ਵੀ ਜ਼ਿਆਦਾ ਠੰਡ ਹੋਵੇ ਤਾਂ ਫਿਰ ਲਾ ਲਓ ਤੁਹਾਡੇ ਸਾਹਮਣੇ ਹੀ ਆ ਜਿਸਮ ਵਾਰਮ ਅਪ ਨਹੀਂ ਹੁੰਦਾ ਜ਼ਿਆਦਾ ਗਰਮੀ ਹੋਵੇ ਤਾਂ ਫਿਰ ਵੀ ਜਿਸਮ ਫੁੱਲਦਾ ਸਾਹ ਚੜ੍ਹਦਾ ਭਾਅ ਜੀ ਇੱਥੇ ਦੀ ਇੱਕ ਤਾਂ ਲਾਈਫ ਬੜੀ ਬਿਜ਼ੀ ਆ ਤੁਸੀਂ ਵੀ ਇੱਥੇ ਦੇਖਦੇ ਜੇ ਬਿਲਕੁਲ ਦੂਸਰੇ ਨੰਬਰ 'ਤੇ ਸਾਡੇ ਪਾਕਿਸਤਾਨੀ ਆਉਣਾ ਚਾਹੀਦਾ ਬਿਲਕੁਲ ਕਿਉਂਕਿ ਪਾਕਿਸਤਾਨ ਸਟਾਰ ਸਾਰੇ ਖੇਡਦੇ ਸਾਰੇ ਖੇਡਦੇ ਮੁੰਡੇ ਕਿਉਂਕਿ ਸਿੱਖ ਭਰਾ ਵੀ ਸਾਰੇ ਆਉਂਦੇ ਵੇਖੋ ਟਾਈਮ ਕੱਢ ਕੇ ਬਿਲਕੁਲ ਉਹਨਾਂ ਨੂੰ ਆਉਣਾ ਚਾਹੀਦਾ ਇਹ ਪਤਾ ਨਹੀਂ ਕੀ ਇੱਕ ਪ੍ਰੋਬਲਮ ਭਾਅ ਜੀ ਅੱਗੇ ਵੀ ਆਏ ਤਾਂ ਉਦੋਂ ਵੀ ਇੱਦਾਂ ਹੀ ਵੀ ਘੱਟ ਬੰਦੇ ਆਉਂਦੇ ਜਿਹੜੇ ਆਉਂਦੇ ਪਾਕਿਸਤਾਨੀ ਘੱਟ ਬੰਦੇ ਆਉਂਦੇ ਹਾਂਜੀ ਘੱਟ ਬਹੁਤ ਘੱਟ ਬੰਦੇ ਆਉਂਦੇ ਆ ਜੀ ਅਤੇ ਜਿਹੜੇ ਆਉਂਦੇ ਉਹਨਾਂ ਦਾ ਥੈਂਕ ਯੂ ਵੀ ਚਲੋ ਸਾਡੇ ਮਗਰ ਆਉਂਦੇ ਤਾਂ ਹੈਗੇ ਬਾਕੀ ਇਹ ਵੀ ਸਾਡਾ ਪੰਜਾਬ ਆ ਉਹ ਵੀ ਸਾਡਾ ਪੰਜਾਬ ਸੇਮ ਹੀ ਆ ਬਿਲਕੁਲ ਸਿਰਫ ਵਿੱਚ ਤਾਰ ਹੀ ਫਰੀ ਆ ਚਾਰ ਕੇ ਮੁੰਡੇ ਬਹੁਤ ਨਵੇਂ ਆਏ ਆ ਅਤੇ ਆਉਣੇ ਚਾਹੀਦੇ ਭਾਅ ਜੀ ਹਰ ਸਾਲ ਦੇ ਵਿੱਚ ਲਾ ਲਓ ਕਿ ਵੀ ਕੋਈ ਨਾ ਕੋਈ ਮੁੰਡੇ ਰਲਣੇ ਚਾਹੀਦੇ ਆ ਤਾਂ ਇਹ ਵੀ ਅੱਲਾ ਪਾਕ ਦਾ ਸ਼ੁਕਰ ਹੈ ਵੀ ਮੁੰਡੇ ਨਵੇਂ ਰਲੇ ਆ ਅਤੇ ਬਾਕੀ ਮੁੰਡੇ ਮਾਸ਼ਾਅੱਲਾ ਫਿੱਟ ਆ ਸਾਰੇ ਹੀ ਅਤੇ ਜਦੋਂ ਕੈਂਪ ਲੱਗਣਾ ਮੁੰਡੇ ਜਿਹੜੇ ਹੈਗੇ ਭਾਅ ਜੀ ਉਹ ਸਾਹਮਣੇ ਆ ਹੀ ਜਾਣੇ ਜਿਹੜੇ